पंजाब विच एक बार फिर तो हड़ां दे नाल हालात बदतर बने हुए ने ते ताजा मामला फिरोजपुर तो सामने आया जिथे एक किसान अपने बच्चियां नूं सुरक्षित जगह ते छड्ड के जदों वापस आया तां खुद पानी दे तेज वहाव दे विच फस गया, जिस तों बाद किसान ने एक पेड़ नूं फड़ के काफी देर तक खड़िया रहा, जिस तों बाद किसी ने प्रशासन नूं इस बारे च दस्सिया तां NDRF दी टीम ने आके मौके ते गुरप्रीत सिंह नूं रेस्क्यू कीता, उसकी जान बचाई। दसदी कि हड़ प्रभावित इलाकों दे विच NDRF BSF दे जवान ਕਿਸ਼ਤੀਆਂ ਦੇ ਵਿੱਚ ਤੈਨਾਤ ਕੀਤੇ ਗਏ ਨੇ। ਲਗਾਤਾਰ ਸਤਲੁਜ ਦਾ ਜਲ ਪੱਧਰ ਵਧਦਾ ਜਾ ਰਿਹਾ, ਜਿਸ ਨੂੰ ਦੇਖਦੇ ਹੋਏ ਜੋ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਸਖਤੀ ਕੀਤੀ ਗਈ ਹੈ। ਤੁਸੀਂ ਬੰਦ ਦੇ ਵਿੱਚ ਵੀ ਕਈ ਜਗ੍ਹਾ ਤੋਂ ਪਾੜ ਪਏ ਹੋਏ ਨੇ, ਜਿਸ ਦੇ ਚੱਲਦੇ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਨੇ। ਸਰਕਾਰ ਦੇ ਵੱਲੋਂ ਸਖਤੀ ਵਧਾਈ ਹੋਈ ਹੈ। ਸਾਰੇ ਮੰਤਰੀ ਹੈ ਜੋ ਮੌਕੇ ਤੇ ਜਾ ਕੇ ਜਗ੍ਹਾ ਦਾ ਜਾਇਜ਼ਾ ਲੈ ਰਹੇ, ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰ ਰਹੇ ਨੇ। ਉੱਥੇ ਹੀ ਜੋ ਫਿਰੋਜ਼ਪੁਰ ਦੇ ਰੁਕਨੇ ਵਾਲਾ ਤੇ ਬਾਗੇ ਵਾਲਾ ਦੇ ਕੋਲ NDRF ਦੇ ਵੱਲੋਂ ਰੈਸਕਿਊ ਕਰਕੇ ਇੱਕ ਕਿਸਾਨ ਦੀ ਜਾਨ ਬਚਾਈ ਗਈ ਹੈ। ਦੱਸਦੀ ਕਿ ਕਿਸਾਨ ਪਾਣੀ ਆਉਣ ਦੇ ਚੱਲਦੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਛੱਡ ਕੇ ਵਾਪਸ ਆ ਰਿਹਾ ਸੀ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ, ਜਿੱਥੇ ਆਪਣੀ ਜਾਨ ਬਚਾਉਣ ਲਈ ਉਸਨੇ ਇੱਕ ਦਰਖਤ ਨੂੰ ਫੜ ਲਿਆ। ਦਰਖਤ ਨੂੰ ਫੜ ਕੇ ਕਰੀਬ 2 ਘੰਟੇ ਤੱਕ ਖੜਿਆ ਰਿਹਾ, ਜਿਸ ਤੋਂ ਬਾਅਦ ਕਿਸੇ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਚ ਸੂਚਿਤ ਕੀਤਾ, ਜਿਸ ਤੋਂ ਬਾਅਦ NDRF ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਕਿਸਾਨ ਦੀ ਜਾਨ ਬਚਾਈ ਹੈ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦੇ ਨਾਲ ਹਾਲਾਤ ਬਦਤਰ ਬਣੇ ਹੋਏ ਨੇ ਤੇ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਛੱਡ ਕੇ ਜਦੋਂ ਵਾਪਸ ਆਇਆ ਤਾਂ ਖੁਦ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ, ਜਿਸ ਤੋਂ ਬਾਅਦ ਕਿਸਾਨ ਨੇ ਇੱਕ ਪੇੜ ਨੂੰ ਫੜ ਕੇ ਕਾਫੀ ਦੇਰ ਤੱਕ ਖੜਿਆ ਰਿਹਾ, ਜਿਸ ਤੋਂ ਬਾਅਦ ਕਿਸੇ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਚ ਦੱਸਿਆ ਤਾਂ NDRF ਦੀ ਟੀਮ ਨੇ ਆ ਕੇ ਮੌਕੇ ਤੇ ਗੁਰਪ੍ਰੀਤ ਸਿੰਘ ਨੂੰ ਰੈਸਕਿਊ ਕੀਤਾ, ਉਸਦੀ ਜਾਨ ਬਚਾਈ। ਦੱਸਦੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ NDRF BSF ਦੇ ਜਵਾਨ ਕਿਸ਼ਤੀਆਂ ਦੇ ਵਿੱਚ ਤੈਨਾਤ ਕੀਤੇ ਗਏ ਨੇ। ਲਗਾਤਾਰ ਸਤਲੁਜ ਦਾ ਜਲ ਪੱਧਰ ਵਧਦਾ ਜਾ ਰਿਹਾ, ਜਿਸ ਨੂੰ ਦੇਖਦੇ ਹੋਏ ਜੋ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਸਖਤੀ ਕੀਤੀ ਗਈ ਹੈ। ਤੁਸੀਂ ਬੰਦ ਦੇ ਵਿੱਚ ਵੀ ਕਈ ਜਗ੍ਹਾ ਤੋਂ ਪਾੜ ਪਏ ਹੋਏ ਨੇ, ਜਿਸ ਦੇ ਚੱਲਦੇ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਨੇ। ਸਰਕਾਰ ਦੇ ਵੱਲੋਂ ਸਖਤੀ ਵਧਾਈ ਹੋਈ ਹੈ। ਸਾਰੇ ਮੰਤਰੀ ਹੈ ਜੋ ਮੌਕੇ ਤੇ ਜਾ ਕੇ ਜਗ੍ਹਾ ਦਾ ਜਾਇਜ਼ਾ ਲੈ ਰਹੇ, ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰ ਰਹੇ ਨੇ। ਉੱਥੇ ਹੀ ਜੋ ਫਿਰੋਜ਼ਪੁਰ ਦੇ ਰੁਕਨੇ ਵਾਲਾ ਤੇ ਬਾਗੇ ਵਾਲਾ ਦੇ ਕੋਲ NDRF ਦੇ ਵੱਲੋਂ ਰੈਸਕਿਊ ਕਰਕੇ ਇੱਕ ਕਿਸਾਨ ਦੀ ਜਾਨ ਬਚਾਈ ਗਈ ਹੈ। ਦੱਸਦੀ ਕਿ ਕਿਸਾਨ ਪਾਣੀ ਆਉਣ ਦੇ ਚੱਲਦੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਛੱਡ ਕੇ ਵਾਪਸ ਆ ਰਿਹਾ ਸੀ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ, ਜਿੱਥੇ ਆਪਣੀ ਜਾਨ ਬਚਾਉਣ ਲਈ ਉਸਨੇ ਇੱਕ ਦਰਖਤ ਨੂੰ ਫੜ ਲਿਆ। ਦਰਖਤ ਨੂੰ ਫੜ ਕੇ ਕਰੀਬ 2 ਘੰਟੇ ਤੱਕ ਖੜਿਆ ਰਿਹਾ, ਜਿਸ ਤੋਂ ਬਾਅਦ ਕਿਸੇ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਚ ਸੂਚਿਤ ਕੀਤਾ, ਜਿਸ ਤੋਂ ਬਾਅਦ NDRF ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਕਿਸਾਨ ਦੀ ਜਾਨ ਬਚਾਈ ਹੈ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦੇ ਨਾਲ ਹਾਲਾਤ ਬਦਤਰ ਬਣੇ ਹੋਏ ਨੇ ਤੇ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਛੱਡ ਕੇ ਜਦੋਂ ਵਾਪਸ ਆਇਆ ਤਾਂ ਖੁਦ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ, ਜਿਸ ਤੋਂ ਬਾਅਦ ਕਿਸਾਨ ਨੇ ਇੱਕ ਪੇੜ ਨੂੰ ਫੜ ਕੇ ਕਾਫੀ ਦੇਰ ਤੱਕ ਖੜਿਆ ਰਿਹਾ, ਜਿਸ ਤੋਂ ਬਾਅਦ ਕਿਸੇ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਚ ਦੱਸਿਆ ਤਾਂ NDRF ਦੀ ਟੀਮ ਨੇ ਆ ਕੇ ਮੌਕੇ ਤੇ ਗੁਰਪ੍ਰੀਤ ਸਿੰਘ ਨੂੰ ਰੈਸਕਿਊ ਕੀਤਾ, ਉਸਦੀ ਜਾਨ ਬਚਾਈ। ਦੱਸਦੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ NDRF BSF ਦੇ ਜਵਾਨ ਕਿਸ਼ਤੀਆਂ ਦੇ ਵਿੱਚ ਤੈਨਾਤ ਕੀਤੇ ਗਏ ਨੇ। ਲਗਾਤਾਰ ਸਤਲੁਜ ਦਾ ਜਲ ਪੱਧਰ ਵਧਦਾ ਜਾ ਰਿਹਾ, ਜਿਸ ਨੂੰ ਦੇਖਦੇ ਹੋਏ ਜੋ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਸਖਤੀ ਕੀਤੀ ਗਈ ਹੈ। ਤੁਸੀਂ ਬੰਦ ਦੇ ਵਿੱਚ ਵੀ ਕਈ ਜਗ੍ਹਾ ਤੋਂ ਪਾੜ ਪਏ ਹੋਏ ਨੇ, ਜਿਸ ਦੇ ਚੱਲਦੇ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਨੇ। ਸਰਕਾਰ ਦੇ ਵੱਲੋਂ ਸਖਤੀ ਵਧਾਈ ਹੋਈ ਹੈ। ਸਾਰੇ ਮੰਤਰੀ ਹੈ ਜੋ ਮੌਕੇ ਤੇ ਜਾ ਕੇ ਜਗ੍ਹਾ ਦਾ ਜਾਇਜ਼ਾ ਲੈ ਰਹੇ, ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰ ਰਹੇ ਨੇ। ਉੱਥੇ ਹੀ ਜੋ ਫਿਰੋਜ਼ਪੁਰ ਦੇ ਰੁਕਨੇ ਵਾਲਾ ਤੇ ਬਾਗੇ ਵਾਲਾ ਦੇ ਕੋਲ NDRF ਦੇ ਵੱਲੋਂ ਰੈਸਕਿਊ ਕਰਕੇ ਇੱਕ ਕਿਸਾਨ ਦੀ ਜਾਨ ਬਚਾਈ ਗਈ ਹੈ। ਦੱਸਦੀ ਕਿ ਕਿਸਾਨ ਪਾਣੀ ਆਉਣ ਦੇ ਚੱਲਦੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਛੱਡ ਕੇ ਵਾਪਸ ਆ ਰਿਹਾ ਸੀ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਿਆ, ਜਿੱਥੇ ਆਪਣੀ ਜਾਨ ਬਚਾਉਣ ਲਈ ਉਸਨੇ ਇੱਕ ਦਰਖਤ ਨੂੰ ਫੜ ਲਿਆ। ਦਰਖਤ ਨੂੰ ਫੜ ਕੇ ਕਰੀਬ 2 ਘੰਟੇ ਤੱਕ ਖੜਿਆ ਰਿਹਾ, ਜਿਸ ਤੋਂ ਬਾਅਦ ਕਿਸੇ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਚ ਸੂਚਿਤ ਕੀਤਾ, ਜਿਸ ਤੋਂ ਬਾਅਦ NDRF ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਕਿਸਾਨ ਦੀ ਜਾਨ ਬਚਾਈ ਹੈ।